ਸੁੱਖਾਂ ਸੁੱਖ ਕੇ ਮੰਗਿਆ ਸੀ ਪੁੱਤ, ਹੁਣ ਨਸ਼ੇ 'ਚ ਹੋ ਗਈ ਮੌਤ। ਚਾਰ ਭੈਣਾਂ ਦਾ ਸੀ ਇੱਕ ਲੌਤਾ ਭਰਾ, ਨਹੀਂ ਦੇਖੇ ਜਾ ਰਹੇ ਪਰਿਵਾਰ ਦੇ ਹਾਲਾਤ। ਤਾਂ ਦੱਸ ਦੇ ਕਿ ਪਰਿਵਾਰ ਨੇ ਪੁੱਤ ਲਈ ਸੁੱਖਾਂ ਸੁੱਖੀਆਂ ਸੀ ਤਾਂ ਇਹ ਹੋਇਆ ਸੀ। ਤਾਂ ਚਾਰ ਕੁੜੀਆਂ ਪਿੱਛੋਂ ਇਸ ਨੌਜਵਾਨ ਦਾ ਜਨਮ ਹੋਇਆ ਸੀ ਅਤੇ ਪਰਿਵਾਰ ਨੇ ਲਾਡ ਪਿਆਰ ਦੇ ਨਾਲ ਪਾਲ ਕੇ ਇਸ ਨੂੰ ਵੱਡਾ ਕੀਤਾ ਅਤੇ ਚਾਰ ਭੈਣਾਂ ਵੀ ਇਸ ਦਾ ਬਹੁਤ ਲਾਡ ਕਰਦੀਆਂ ਸੀ। ਪਰ ਹੁਣ ਇਸ 22 ਸਾਲਾ ਨੌਜਵਾਨ ਗੁਰਮੇਲ ਸਿੰਘ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਪਿੱਛੇ ਹੋ ਰਹੀਆਂ ਨੇ, ਤਾਂ ਇਹਨਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵੱਧਦਾ ਜਾ ਰਿਹਾ। ਇੱਥੇ ਹੀ ਇਸ 22 ਸਾਲਾ ਨੌਜਵਾਨ ਦੀ ਵੀ ਨਸ਼ੇ ਪਿੱਛੇ ਮੌਤ ਹੋ ਗਈ ਹੈ, ਜਿੱਥੇ ਪਰਿਵਾਰ ਦਾ ਇਹ ਇਕਲੌਤਾ ਪੁੱਤ ਸੀ ਅਤੇ ਪਰਿਵਾਰ ਦੇ ਵੱਲੋਂ ਸੁੱਖਾਂ ਸੁੱਖ ਕੇ ਇਸ ਨੂੰ ਮੰਗਿਆ ਗਿਆ ਸੀ ਅਤੇ ਇਸ ਦੀਆਂ ਚਾਰ ਭੈਣਾਂ ਸੀ। ਤਾਂ ਹੁਣ ਇਸ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤਾਂ ਤਸਵੀਰਾਂ ਤਲਵੰਡੀ ਸਾਬੋ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਅਤੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। ਤਾਂ ਨਸ਼ੇ ਪਿੱਛੇ ਇਸ ਨੌਜਵਾਨ ਦੀ ਮੌਤ ਹੋਈ ਹੈ ਅਤੇ ਪਰਿਵਾਰ ਦਾ ਇੱਕ ਲੌਤਾ ਪੁੱਤ ਸੀ 22 ਸਾਲਾ ਨੌਜਵਾਨ ਗੁਰਮੇਲ ਸਿੰਘ। ਬਹੁਤ ਔਖਾ ਨਾ ਹੋਇਆ ਜੀ, ਚਿੱਟੇ ਨਹੀਂ ਹੋਇਆ, ਚਿੱਟਾ ਬਹੁਤ ਵਿਗੜਦਾ ਜੀ ਮੇਰਾ ਕੱਜਾ ਪੁੱਤ, ਚਿੱਟੇ ਨਾਲ ਕੋਈ ਨਾਲ ਨਹੀਂ ਸਹੀ ਸੀ, ਉਹਦੀ ਕੋਈ ਵੀ ਨਾਲ ਨਹੀਂ ਸਹੀ ਸੀ। ਹਾਂਜੀ ਸਰਕਾਰ ਨੂੰ ਕੁਛ ਕਹਿਣਾ ਚਾਹੁੰਦੇ ਹੋ ਵੀ ਹੋਰ, ਚਲੋ ਤੁਹਾਡਾ ਬੱਚੇ ਜਿੱਦਾਂ ਹੋ ਗਿਆ, ਕਹਿਣਾ ਚਾਹੁੰਦੇ ਆ ਜੀ ਬੰਦ ਕਰੋ, ਕਰ 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 ਲਈ ਕਰੀ ਜਾਂਦੇ ਆ ਜੀ, ਬੰਦ ਕਰੋ ਚਿੱਟਾ ਬੰਦ ਕਰ ਲਓ। ਤੁਹਾਡੇ ਕੰਡਾ ਹੀ ਬੇਟਾ ਸੀ? ਹਾਂਜੀ ਇਹ ਚਿੱਟੇ ਦੇ ਕਾਰਨ ਡੈਥ ਹੋਈ ਹੈ ਜੀ। ਇਹ ਮੈਥੋਂ ਚੋਰੀਆਂ ਲਾਉਂਦਾ ਸੀਗਾ ਜੀ, ਜਦੋਂ ਮੈਂ ਆਪਦੀ ਦਿਹਾੜੀ ਦਾ ਪਿਆਲਾ ਬੰਦਾ ਜੀ, ਚਾਰ ਕੁੜੀਆਂ ਦਾ ਬਾਪ ਹੈ ਜੀ, ਮੈਂ ਦਿਹਾੜੀ ਕਰਕੇ ਆਪਦਾ ਟਾਈਮ ਪਾਸ ਕਰਦਾ ਸੀਗਾ ਜੀ। ਜਦੋਂ ਮੈਂ ਘਰੋਂ ਬਾਹਰ ਟੱਪ ਜਾਂਦਾ ਸੀ ਆਪਦੀ ਦਿਹਾੜੀ ਕਰਨ ਨੂੰ, ਉਹ ਗੈਰ ਨਸ਼ੇ ਕਰਦਾ ਸੀਗਾ ਜੀ। ਇਹ ਚਿੱਟੇ ਦੇ ਕਾਰਨ ਹੋਈ ਹੈ ਜੀ। ਜਿਹੜਾ ਥਾਂ ਥਾਂ ਚਿੱਟਾ ਵਿਕ ਰਿਹਾ ਹੈਗਾ, ਇਹਦੇ ਕੰਟਰੋਲ ਕੀਤਾ ਜਾਵੇ, ਇਹਨੂੰ ਬੰਦ ਕਰਿਆ ਜਾਵੇ। ਇਹ ਸਰਕਾਰਾਂ ਨੂੰ ਨਿਗਾਹ ਮਾਰਨੀ ਚਾਹੀਦੀ ਹੈ ਅਤੇ ਹੋਰ ਨਾ ਬੱਚੇ ਮਰਨ, ਕਿਉਂਕਿ ਇੰਨਾ ਕੁਛ ਕਹਿੰਦਾ ਹੋਰ ਕੁਛ ਮੈਂ ਅੱਗੇ ਕਹਿ ਨਹੀਂ ਸਕਦਾ। ਇਕੱਲੇ ਮੁੰਡਾ ਸੀ ਤੁਹਾਡੇ? ਮੇਰੇ ਇੱਕੋ ਹੀ ਮੁੰਡਾ ਸੀ, ਲਿਆ ਵੀ ਬਹੁਤ ਔਖਾ ਨਾ ਸੀਗਾ, ਪਿੱਛੇ ਸਾਲਾ ਵੀ ਹੈ ਨਹੀਂ, ਉੱਥੇ ਵੀ ਕਬੂਤਰ ਬੋਲੀ ਜਾਂਦੇ ਆ, ਅਤੇ ਇੱਧਰੋਂ ਗਾਹਾਂ ਚਾਰ ਭੈਣਾਂ ਦਾ ਇਕੱਲੇ ਹੀ ਭਾਈ ਸੀ, ਲਿਆ ਬੜੀਆਂ ਔਖਾ ਨਾ ਸੀ, ਉਹ ਇਕੱਲੇ ਹੀ ਚੱਲ ਗਿਆ, ਮੇਰਾ ਸਹਾਰਾ ਇਹੀ ਸੀਗਾ। ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਚਿੱਟਾ ਹੈ ਨਹੀਂ, ਚਿੱਟਾ ਵਾਧੂ ਵਿਕਦਾ ਜੀ, ਚਿੱਟੇ ਦੇ ਕਾਰਨ ਹੀ ਮੇਰੇ ਮੁੰਡੇ ਦੀ ਮੌਤ ਹੋਈ ਹੈ ਜੀ। ਅੱਜ ਕਦੋਂ ਮਤਲਬ ਡੈਥ ਹੋਈ? ਇਹ ਹਸਪਤਾਲ 'ਚ ਡੈਥ ਹੋਈ ਹੈ ਜੀ, ਅਸੀਂ ਦਾਖਲ ਕਰਾਤਾ ਸੀ, ਉਹਦਾ ਅੰਦਰਲਾ ਹਿੱਸਾ ਸਾਰੇ ਖਤਮ ਕਰਤਾ ਸੀ ਜੀ। ਮਿੱਠੂ ਆ ਜੀ, ਪਿੰਡ ਕਿਹੜਾ? ਨਵਾਂ ਪਿੰਡ ਫਤਿਹਗੜ੍ਹ ਜੀ। ਡੈਥ ਹੋਈ ਆ ਮੁੰਡੇ ਦੀ, ਕੀ ਮਾਮਾ ਦਾ? ਚਿੱਟੇ ਨਾਂ ਦਾ ਕਾਰਨ ਹੋਇਆ ਜੀ, ਸਾਰੇ ਪਿੰਡ 'ਚ ਵਿਕ ਰਿਹਾ, ਬਹੁਤ ਵਾਧੂ, ਜਿੰਨਾ ਲੈ ਲਓ ਉਨਾ ਹੀ ਮਿਲ ਜੂਗਾ, ਪਤਾ ਨਹੀਂ ਲੱਗਦਾ ਮਲੂਮ ਹੁੰਦਾ, ਨਾ ਪੁਲਿਸ ਫੜ ਲੈਂਦੀ ਨਾ ਫੜਦੀ ਹੈ, ਫੜ ਕੇ ਛੱਡ ਲੈਂਦੀ ਹੈ, ਅਤੇ 20-25 ਬੰਦੇ 50 ਹੋਣਗੇ ਘੱਟੋ ਘੱਟ, 50 ਬੰਦੇ ਹੈਗੇ ਇੱਥੇ, ਅਤੇ ਮਰਨਗੇ ਉਹ ਵੀ ਜੀ, ਬਸ ਆਹੀ ਗੱਲ ਹੈ। ਕਿੰਨਾ ਕੁ ਚਿਰ ਤੋਂ ਮੁੰਡਾ ਇਹ ਚਿੱਟਾ ਲਾਉਂਦਾ? ਇਹ ਸਾਲ ਹੋ ਗਿਆ ਜੀ। ਟੀਕੇ ਲਾਉਂਦਾ ਸੀ? ਟੀਕੇ ਵੀ ਲਾਉਂਦਾ ਸੀ, ਸਰਦਾ ਹੀ ਕੁਛ ਨਹੀਂ ਸੀ, ਇਹ ਗੋਲੀਆਂ ਵੀ ਖਾਂਦਾ ਉਹ। ਪੁਲਿਸ ਕਹਿੰਦੀ ਨਸ਼ਾ ਹੈ ਨਹੀਂ ਪੰਜਾਬ 'ਚ? ਪੁਲਿਸ ਕਹਿੰਦੀ ਹੈ ਨਹੀਂ, ਪੁਲਿਸ ਫੜਦੀ ਨਹੀਂ ਇਹਨਾਂ ਨੂੰ, ਫੜ ਕੇ ਛੱਡ ਦਿੰਦੇ ਆ, ਬਸ ਉਹਨਾਂ ਨੂੰ ਦੇਣ ਦਾ 4 ਰੁਪਏ ਉਹ ਛੱਡ ਦਿੰਦੇ ਆ, ਬਸ ਆਹੀ ਗੱਲ ਹੈ ਜੀ। ਮੰਗ ਕੀ ਕਰਨਾ ਚਾਹੁੰਦੇ ਹੁਣ?
ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹੁਣ ਵੀ ਹਟਣਾ ਚਾਹੀਦਾ, ਮੁੱਕਣਾ ਚਾਹੀਦਾ, ਚਿੱਟਾ ਖਤਮ ਹੋਣਾ ਚਾਹੀਦਾ, ਨਹੀਂ ਸਾਡੇ ਸਾਰਾ ਦੁਨੀਆਂ ਪਰਿਵਾਰ ਮਰ ਜੂ ਜੀ। ਬਸ ਆਹੀ ਗੱਲ ਹੈ ਜੀ।